ਜਿਹੜੀ 92-93 ਇਹ ਜਿੱਤ ਕੇ ਆਏ ਸੀ ਅਤੇ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਦੀ ਚੋਣਾਂ ਹੋਈਆਂ, ਇੰਨਾ ਗ੍ਰਾਫ ਡਾਊਨ ਕਿਵੇਂ ਗਿਆ ਜੀ? ਔਰ ਕਈ ਇੰਟਰਨਲ ਕੁਛ ਐਕਸਟਰਨਲ ਚੁਣੌਤੀਆਂ ਹੋਣਗੀਆਂ ਜਿਨ੍ਹਾਂ ਕਰਕੇ ਮੈਨੂੰ ਲੱਗਦਾ ਕਿ ਆਪ ਸਰਕਾਰ ਓਨਾ ਵਧੀਆ ਪਰਫੋਰਮ ਨਹੀਂ ਕਰ ਸਕੀ ਜਿੰਨਾ ਕੁ ਇਹਦੇ ਕੋਲੋਂ ਉਮੀਦ ਕੀਤੀ ਜਾਂਦੀ ਸੀ ਅਤੇ ਜਿੰਨਾ ਕੁ ਇਹ ਦਾਅਵਾ ਕਰਕੇ ਆਏ ਸੀ। ਹੁਣ ਕੀ ਹੈ, ਦੋ ਪਾਵਰ ਸੈਂਟਰ ਹੈਗੇ, ਅੱਧੇ ਬਹੁਤੇ MLA ਜਿਹੜੇ ਨੇ ਮੈਨੂੰ ਲੱਗਦਾ ਜੋ ਮੇਰੀ ਅੰਦਰ ਦੀ ਅਸੈਸਮੈਂਟ ਹੈ ਉਹ ਕੇਜਰੀਵਾਲ ਸਾਹਿਬ ਨਾਲ ਨੇ। ਡਰੱਗਸ ਦਾ ਮੁੱਦਾ ਉਵੇਂ ਦੀ ਉਵੇਂ ਹੈ, ਰੈਦਰ ਗੰਭੀਰ ਹੋ ਗਿਆ, ਔਰ ਮਾਫੀਆ ਉਵੇਂ ਦੀ ਉਵੇਂ ਹੀ ਹੈ, ਸਾਰੀਆਂ ਰੇਤ ਦੀਆਂ ਖੱਡਾਂ ਵਾਲਾ ਇਸ਼ੂ ਉਵੇਂ ਚੱਲਦਾ ਪਿਆ। ਚਾਰ ਬਦਲੇ ਨੇ ਇਹਨੇ, ਆਪਣੇ ਵਿਧਾਇਕ ਬਦਲੇ ਨੇ, ਮੰਤਰੀ ਪਦ ਤੋਂ ਕੈਬਨਿਟ 'ਚੋਂ ਕੱਢੇ ਨੇ, ਹੋਰ ਨਵੇਂ ਰੱਖੇ ਨੇ, ਇਹਦਾ ਕੀ ਕਾਰਨ ਸਮਝਦੇ ਹੋ? ਹਾਂ, ਕਹਿੰਦੇ ਤਾਂ ਉਹ ਇਹ ਨੇ ਕਿ ਅਸੀਂ ਹੋਰ ਕੁਛ ਟਰਾਈ ਕਰ ਰਹੇ ਹਾਂ, ਪਰ ਮੈਨੂੰ ਇਹ ਲੱਗਦਾ ਕਿ ਆਪ ਦੇ ਵਿੱਚ ਕਿਤੇ ਨਾ ਕਿਤੇ ਖੌਫ ਸੀ ਕਿ ਅਸੀਂ ਜਿੱਤ ਨਹੀਂ ਪਾਵਾਂਗੇ। ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਤੁਸੀਂ ਪਹਿਲਾਂ ਵੋਟਾਂ ਤੋਂ ਪਹਿਲਾਂ ਇਹ ਦਾਅਵੇ ਕਰਦੇ ਰਹੇ ਹੋ ਕਿ ਅਸੀਂ VIP ਕਲਚਰ ਖਤਮ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਵਾਹ ਕਰ ਦਾਂਗੇ। ਭਗਵੰਤ ਮਾਨ ਸਾਹਿਬ ਕਹਿੰਦੇ ਰਹੇ, ਕੇਜਰੀਵਾਲ ਸਾਹਿਬ ਕਹਿੰਦੇ ਰਹੇ ਕਿ ਅਸੀਂ ਲਾਈਨਾਂ ਦੇ ਵਿੱਚ ਲੱਗੇ ਦਿਖਾ ਦਿਆਂਗੇ ਤੁਹਾਨੂੰ MLA, ਲੇਕਿਨ ਹੋਇਆ ਬਿਲਕੁਲ ਉਲਟਾ। ਰੈਦਰ ਜੈਡ ਸਕਿਉਰਿਟੀ ਵਾਲੇ ਜਾਂ VIP ਕਲਚਰ ਵਾਲੇ ਰਿਕਾਰਡ ਤੋੜ ਦਿੱਤੇ ਇਹਨਾਂ ਸਾਰਿਆਂ ਨੇ ਆਜ਼ਾਦੀ ਦਿਵਸ ਦੇ ਉੱਪਰ ਜੀ ਅੰਮ੍ਰਿਤਸਰ 'ਚ। ਹਾਂ, ਤੇ ਉਹ ਉਹਨਾਂ ਨੇ ਬੁਲਟ ਪਰੂਫ ਕੇਬਨ ਦੇ ਵਿੱਚ ਖੜ ਕੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਦਾ ਬੜਾ ਮਜ਼ਾਕ ਹੋਇਆ, ਬਹੁਤ ਟ੍ਰੋਲ ਹੋਇਆ ਜੀ ਜੀ। ਇਹ ਹੁਣ ਮੁਰਗੀਖਾਨੇ ਕਿਉਂ ਨਹੀਂ ਖੋਲਦੇ? ਬਿਲਕੁਲ ਠੀਕ। ਤਾਂ ਦੇਖੋ, ਇੱਥੇ ਭਗਵੰਤ ਮਾਨ ਦਾ ਜਿਹੜਾ ਮੀਡੀਆ ਸੈੱਲ ਹੈ ਉਹ ਫੇਲ ਹੋ ਗਿਆ। ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਬਹੁਤ ਕਤਲ ਹੋ ਰਹੇ, ਬੇਸ਼ੱਕ ਇਹ ਜਿਹੜੀ ਫੜੋ ਫੜਾਈ ਹੈ ਪੁਲਿਸ ਨੇ ਬਹੁਤ ਕਰ ਲਈ ਹੈ, ਇੱਥੇ ਪਿਸਤੌਲ ਫੜ ਲਏ, ਉੱਥੇ ਇੰਨੀ ਭੁੱਕੀ ਫੜ ਲਈ, ਉੱਥੇ ਸਮੈਕ ਫੜ ਲਈ, ਇਸ ਚੀਜ਼ ਦਾ ਬਦਲਣ ਦਾ ਕਾਰਨ ਕੀ ਹੈ ਜੀ? ਠੀਕ ਹੈ, ਇਹਦਾ ਜਵਾਬ ਤਾਂ ਗੌਰਵ ਯਾਦਵ ਜੀ ਨੂੰ ਦੇਣਾ ਚਾਹੀਦਾ ਨਾ, ਅਤੇ ਇਹ ਮੁੱਖ ਮੰਤਰੀ ਪੁੱਛ ਸਕਦਾ, ਸਰਕਾਰ ਪੁੱਛ ਸਕਦੀ ਹੈ ਕਿ ਦੇਖੋ ਇਹ ਵੱਧ ਕਿਉਂ ਰਹੀਆਂ ਨੇ ਚੀਜ਼ਾਂ। ਲੇਕਿਨ ਮੈਨੂੰ ਫੀਲ ਹੁੰਦਾ ਕਿ 2015 ਵਿੱਚ ਜਦੋਂ ਅਕਾਲੀ ਗੌਰਮੈਂਟ ਡਿੱਗਦੀ ਹੈ ਔਰ ਬਹੁਤ ਜਲੀਲ ਹੋ ਕੇ ਡਿੱਗਦੀ ਹੈ, ਕਿੰਨਾ ਉਹਨਾਂ ਨੂੰ ਬਦਨਾਮ ਕੀਤਾ ਗਿਆ, ਉੜਤਾ ਪੰਜਾਬ ਵਰਗੀ ਫਿਲਮ ਆ ਗਈ ਬਣ ਗਈ। ਬਿਲਕੁਲ ਠੀਕ ਹੈ ਤੁਹਾਡੀ। ਜਦੋਂ ਕਿ ਅੱਜ ਵੀ ਪੰਜਾਬ ਉਵੇਂ ਉੜ ਰਿਹਾ, ਉੜ ਨਹੀਂ ਰਿਹਾ, ਰੁੜ ਰਿਹਾ। ਜਦੋਂ ਚੰਡੀਗੜ੍ਹ ਏਅਰਪੋਰਟ 'ਤੇ ਭਗਵੰਤ ਮਾਨ ਸਾਹਿਬ ਫਿਸਲ ਗਏ ਔਰ ਡਿੱਗ ਗਏ ਨੇ, ਫਿਰ 40 'ਚ ਵੀ ਦਾਖਲ ਰਹੇ ਨੇ, ਔਰ ਉਸ ਤੋਂ ਬਾਅਦ ਦਿੱਲੀ ਅਪੋਲੋ 'ਚ ਵੀ ਦਾਖਲ ਰਹੇ ਨੇ, ਮਤਲਬ ਕਿਤੇ ਨਾ ਕਿਤੇ ਉਹ ਉਹਨਾਂ ਦੀ ਸਿਹਤ ਦੇ ਨਾਲ ਨਾਲ ਉਹਨਾਂ ਦੀਆਂ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਨਾਲ ਵੀ ਜੁੜੀ ਹੋਈ ਹੋਏਗੀ। ਰਾਘਵ ਚੱਡਾ ਜੀ ਉਹ ਬੜੇ ਸਰਗਰਮ ਰਹੇ ਨੇ ਪੰਜਾਬ ਦੀ ਸਿਆਸਤ ਵਿੱਚ ਔਰ ਵੱਡੇ ਅਹੁਦੇ 'ਤੇ ਵੀ ਰਹੇ ਨੇ, ਹੈ ਨਾ, ਅੱਜ ਕੱਲ੍ਹ ਕਿਤੇ ਨਜ਼ਰ ਨਹੀਂ ਆ ਰਹੇ। ਹੋ ਸਕਦਾ ਭਗਵੰਤ ਮਾਨ ਸਾਹਿਬ ਵੱਲੋਂ ਥੋੜ੍ਹਾ ਜਿਹਾ ਪ੍ਰੈਸ਼ਰ ਹੋਵੇ ਕਿਉਂਕਿ ਉਹਨਾਂ ਨਾਲ ਵੀ ਭਗਵੰਤ ਮਾਨ ਸਾਹਿਬ ਦੀ ਬਣੀ ਨਹੀਂ, ਤਸਲ ਚੱਲਦੀ ਸੀ ਹਾਂਜੀ, ਠੀਕ ਹੈ, ਲੇਕਿਨ ਫਿਰ ਵੀ ਕੇਜਰੀਵਾਲ ਸਾਹਿਬ ਦੇ ਨੇੜੇ ਹੋਣ ਕਰਕੇ ਰਾਘਵ ਚੱਡਾ ਇੱਕ ਵੱਡੀ ਤਾਕਤ ਸੀ ਕਿ ਲੋਰੈਂਸ ਜਿਹੜਾ ਬਿਸ਼ਨੋਈ ਗਰੁੱਪ ਹੈ, ਗੈਂਗ ਹੈ, ਉਹ ਮੋਦੀ ਜੀ ਦੀ ਮਦਦ ਨਾਲ ਜਾਂ ਪੰਜਾਬ ਭਾਰਤ ਸਰਕਾਰ ਦੀ ਮਦਦ ਦੇ ਨਾਲ ਸਾਡੇ ਇੱਥੇ ਜਿਹੜੇ ਖਾਲਿਸਤਾਨੀ ਉਹਨਾਂ ਨੂੰ ਖਤਮ ਕਰ ਰਿਹਾ। ਦੇਖੋ, ਸੱਚਾਈ ਅੰਦਰਲੀ ਗੱਲ ਹੈਗੀ, ਸੱਚਾਈ ਹੈ ਕਿ ਨਹੀਂ ਹੈ, ਲੇਕਿਨ ਇੱਕ ਚੀਜ਼ ਤਾਂ ਕਲੀਅਰ ਹੈ ਨਾ ਕਿ ਇਸ ਦੇਸ਼ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਇੱਕ ਖਾਸ ਕਿਸਮ ਦਾ ਟ੍ਰੀਟਮੈਂਟ ਮਿਲ ਰਿਹਾ। ਮੈਂਬਰ ਪਾਰਲੀਮੈਂਟ ਦੀ ਚੋਣਾਂ ਵਿੱਚ 10 ਸੀਟਾਂ ਹਾਸਲ ਕੀਤੀਆਂ ਨੇ ਔਰ ਕਾਫੀ ਅੱਛੀ ਉਹਨਾਂ ਨੇ ਜਿਹੜੀ ਇੱਥੇ ਪੰਜਾਬ ਦੇ ਵਿੱਚ ਲੀਡ ਬਣਾਈ ਹੈ। ਤੁਹਾਨੂੰ ਲੱਗਦਾ ਕਿ 2027 ਦੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ ਬਣਾ ਜੂਗੀ? ਪੰਜਾਬ ਦੇ ਲੋਕ ਬੁਰੀ ਤਰ੍ਹਾਂ ਆਪ ਤੋਂ ਤੇਜ਼ੀ ਨਾਲ ਨਿਰਾਸ਼ ਹੁੰਦੇ ਜਾ ਰਹੇ ਆ ਅਤੇ ਇਹ ਨਿਰਾਸ਼ਾ ਜਿਹੜੀ ਹੈਗੀ ਜਾ ਕੇ ਹੱਕ 'ਚ ਭੁਗਤੂਗੀ ਕਾਂਗਰਸ ਦੇ। ਔਰ ਇਹ ਇਲਜ਼ਾਮ ਲਾਉਣ ਵਾਲੇ ਖੁਦ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਾਰਟੀ ਵਾਲੇ ਸੀ, ਠੀਕ ਹੈ, ਤਾਂ ਉਹ ਸਾਰਾ ਪ੍ਰਕਰਨ 25-75 ਵਾਲਾ ਕਾਂਗਰਸ ਨੂੰ ਨੁਕਸਾਨ ਦੇ ਗਿਆ, ਵਰਨਾ ਕਾਂਗਰਸ ਦੀ ਹਾਲਤ ਇੰਨੀ ਮਾੜੀ ਸ਼ਾਇਦ ਨਾ ਹੁੰਦੀ।